ਦੇਖੋ ਲੋਕਾਂ ਨੇ 10,000 ਰੁਪਏ ਇਕੱਠੇ ਕਰਕੇ ਦਿੱਤੇ ਆ ਜੀ, ਲੋਕਾਂ ਦੀ ਮਿਹਨਤ ਆ ਔਰ ਮਿਹਨਤ ਲੋਕਾਂ ਦੀ ਸਫਲ ਹੋਈ ਆ। ਜੇ ਆਪਾਂ ਜਿੱਤ ਕੇ ਲੋਕਾਂ ਦੇ ਕੰਮ ਕਰਕੇ ਦਿਖਾਵਾਂਗੇ, ਬੈਸਟ ਵਾਲਿਆਂ ਦਾ ਗੰਦਾ ਪਾਣੀ, ਸੀਵਰੇਜ ਦਾ ਪਾਣੀ, ਟੂਟੀਆਂ 'ਚ ਗੰਦਾ ਪਾਣੀ ਆ, ਬਿਜਲੀ ਦੀ ਬਹੁਤ ਸਮੱਸਿਆ ਵਾ, ਇਹ ਲੀਡਰਾਂ ਨੇ ਨਹੀਂ ਕਰਨਾ, ਇਹ ਸਾਡੇ ਵਰਗੇ ਸ਼ਰੀਫ ਬੰਦਿਆਂ ਦਾ ਕਰਨਾ ਹੈਗਾ। ਸਾਡੇ ਵਰਗੇ ਇਮਾਨਦਾਰ ਬੰਦੇ ਚਾਹੀਦੇ ਆ, ਇੱਦਾਂ ਦੇ ਬੰਦੇ ਥੋੜ੍ਹੇ ਚਾਹੀਦੇ ਜਿਹੜੇ ਨਸ਼ੇ ਖਾ ਕੇ ਸਾਨੂੰ ਗਾਲਾਂ ਕੱਢ ਕੇ ਲੋਕੀ ਪ੍ਰਮੋਟ ਕਰ ਰਹੇ ਆ, ਇੱਦਾਂ ਦੇ ਬੰਦੇ ਨਹੀਂ ਚਾਹੀਦੇ। ਔਰ ਇਹ ਸਰਕਾਰਾਂ ਇੱਦਾਂ ਦੀਆਂ ਕਿ ਜੇ ਕੋਈ ਅੱਗੇ ਆਉਂਦਾ ਸਿੱਧੂ ਮੂਸੇਵਾਲਾ ਅੱਗੇ ਆਇਆ ਉਹਨੂੰ ਮਰਵਾ ਦਿੱਤਾ ਇਹਨਾਂ ਲੋਕਾਂ ਨੇ, ਇਹਨਾਂ ਲੋਕਾਂ ਨੇ ਕਿਸੇ ਚੱਜ ਦੇ ਬੰਦੇ ਨੂੰ ਅੱਗੇ ਨਹੀਂ ਆਉਣ ਦਿੱਤਾ। ਉਹ ਜੇ ਮੈਂ ਗੱਲ ਕਰਾਂ ਡਾਕਟਰ ਭੀਮ ਰਾਓ ਬਾਬਾ ਸਾਹਿਬ ਦੀ ਗੱਲ ਕਰਦਾ ਪਿਆਂ ਕਿ ਜੇ ਕਿਸੇ ਆਮ ਕੋਈ ਪਾਰਟੀ ਦੀ ਨਜ਼ਰ ਨਹੀਂ ਆ ਰਹੀ, ਮਹਿੰਦਰ ਭਗਤ ਹੁਣੀ ਲਗਾਤਾਰ ਆਪ ਜਾ ਰਿਹਾ, ਨਹੀਂ ਪਰ ਲਗਾਤਾਰ ਆਪ ਜਾ ਰਿਹਾ, ਮੈਂ ਪੈਰ ਰੱਖੂੰਗਾ ਤੇ ਨਾਲ ਟੁੱਟ ਜੂਗੀ ਵੋਟ, ਮੈਂ ਜਿੱਤੂਗਾ, ਮੈਨੂੰ ਪੂਰਾ ਆਸ਼ੀਰਵਾਦ। ਪੈਰ ਰੱਖਣ ਨਾਲ ਵੋਟ ਨਹੀਂ ਟੁੱਟਦੀ ਹੁੰਦੀ, ਜਿਹੜੇ ਲੋਕਾਂ ਨੇ ਵੋਟ ਪਾਈ ਆ ਉਹਨਾਂ ਟੁੱਟ ਗਏ। ਮੈਂ ਕਿਹਾ ਜੀ ਲੋਕ ਸਾਡੇ ਨਾਲ ਆ, ਲੋਕਤੰਤਰ ਨਾਲ ਆ, ਇਹ ਲੋਕ ਦਾ ਘਾਣ, ਲੋਕਤੰਤਰ ਦਾ ਘਾਣ ਹੋਊਗਾ ਜੇ ਮੈਂ ਨਾ ਜਿੱਤਿਆ ਤੇ, ਜੇ ਮੈਂ ਹਾਰ ਗਿਆ ਤੇ ਵੱਡਾ ਰਹੇ ਹੋ। ਸਾਫ਼ ਤੌਰ ਤੇ ਤਸਵੀਰ ਨਜ਼ਰ ਆ ਰਹੀ, ਹਾਰ ਰਹੇ ਹੋ, ਇਦਾਂ ਨਹੀਂ ਹੋ ਸਕਦਾ, ਇਦਾਂ ਹੋ ਹਾਰਦੇ ਪਏ ਜੋ ਅੰਕੜੇ ਨਜ਼ਰ ਆ ਰਹੇ ਹੋ, ਤੁਸੀਂ ਸਾਫ਼ ਤੌਰ ਤੇ ਹਾਰਦੇ ਨਜ਼ਰ ਆ ਰਹੇ ਹੋ। ਨਹੀਂ ਜੀ ਇਦਾਂ ਨਹੀਂ ਹੋ ਸਕਦਾ, ਕੀ ਲੱਗਦਾ ਪਿਆ ਕਿ ਦੁਬਾਰਾ ਲੋਕਾਂ ਨੇ ਤੁਹਾਡੇ ਤੇ ਵਿਸ਼ਵਾਸ ਨਹੀਂ ਦਿੱਤਾ? ਨਹੀਂ ਭਾਜੀ ਇਦਾਂ ਦੀ ਗੱਲ ਨਹੀਂ ਹੋ ਸਕਦੀ, ਮੈਂ ਤੁਹਾਨੂੰ ਵਾਅਦਾ ਕਰਦਾ ਕਿ ਮੈਂ ਜਿੱਤਿਆ ਪਿਆ ਵਾਂ ਤੇ ਜਿੱਤਿਆ ਪਿਆ। ਦੇਖੋ 4 ਰਾਊਂਡ ਹੋ ਗਏ, ਤੁਸੀਂ ਬਹੁਤ ਡਾਊਨ ਹੈਗੇ, ਤੁਹਾਡਾ 100 ਦਾ ਅੰਕੜਾ ਵੀ ਬਹੁਤ ਮੁਸ਼ਕਿਲ ਨਾਲ ਪਹੁੰਚਦਾ ਪਿਆ ਵਾ ਤੇ ਬਾਕੀ ਹਜ਼ਾਰਾਂ 'ਚ ਪਹੁੰਚ ਚੁੱਕੇ ਹੋਏ। ਮੈਂ ਦੇਖਦਾ ਭਾਈ ਜਾ ਕੇ ਪਤਾ ਲੱਗੂਗਾ ਜੀ। ਨੀਟੂ ਪਿਛਲੀ ਵਾਰ ਤਾਂ ਕਸਮ ਖਾ ਲਈ ਸੀ ਕਿ ਮੈਂ ਤਾਂ ਚੋਣਾਂ ਨਹੀਂ ਲੜਨੀ, ਲੇਕਿਨ ਇਸ ਵਾਰ ਫੇਰ ਪੰਗਾ ਲੈ ਲਿਆ, ਹਾਲਾਤ ਫੇਰ ਉਹੀ ਬਣੇ ਹੋਏ। ਦੇਖੋ ਲੋਕਾਂ ਨੇ 10,000 ਰੁਪਏ ਇਕੱਠੇ ਕਰਕੇ ਦਿੱਤੇ ਆ ਜੀ, ਲੋਕਾਂ ਦੀ ਮਿਹਨਤ ਆ ਔਰ ਮਿਹਨਤ ਲੋਕਾਂ ਦੀ ਸਫਲ ਹੋਈ ਆ। ਜੇ ਆਪਾਂ ਜਿੱਤ ਕੇ ਲੋਕਾਂ ਦੇ ਕੰਮ ਕਰਕੇ ਦਿਖਾਵਾਂਗੇ, ਬੈਸਟ ਵਾਲਿਆਂ ਦਾ ਗੰਦਾ ਪਾਣੀ, ਸੀਵਰੇਜ ਦਾ ਪਾਣੀ, ਟੂਟੀਆਂ 'ਚ ਗੰਦਾ ਪਾਣੀ ਆ, ਬਿਜਲੀ ਦੀ ਬਹੁਤ ਸਮੱਸਿਆ ਵਾ, ਇਹ ਲੀਡਰਾਂ ਨੇ ਨਹੀਂ ਕਰਨਾ, ਇਹ ਸਾਡੇ ਵਰਗੇ ਸ਼ਰੀਫ ਬੰਦਿਆਂ ਦਾ ਕਰਨਾ ਹੈਗਾ। ਸਾਡੇ ਵਰਗੇ ਇਮਾਨਦਾਰ ਬੰਦੇ ਚਾਹੀਦੇ ਆ, ਇੱਦਾਂ ਦੇ ਬੰਦੇ ਥੋੜ੍ਹੇ ਚਾਹੀਦੇ ਜਿਹੜੇ ਨਸ਼ੇ ਖਾ ਕੇ ਸਾਨੂੰ ਗਾਲਾਂ ਕੱਢ ਕੇ ਲੋਕੀ ਪ੍ਰਮੋਟ ਕਰ ਰਹੇ ਆ, ਇੱਦਾਂ ਦੇ ਬੰਦੇ ਨਹੀਂ ਚਾਹੀਦੇ। ਔਰ ਇਹ ਸਰਕਾਰਾਂ ਇੱਦਾਂ ਦੀਆਂ ਕਿ ਜੇ ਕੋਈ ਅੱਗੇ ਆਉਂਦਾ ਸਿੱਧੂ ਮੂਸੇਵਾਲਾ ਅੱਗੇ ਆਇਆ ਉਹਨੂੰ ਮਰਵਾ ਦਿੱਤਾ ਇਹਨਾਂ ਲੋਕਾਂ ਨੇ, ਇਹਨਾਂ ਲੋਕਾਂ ਨੇ ਕਿਸੇ ਚੱਜ ਦੇ ਬੰਦੇ ਨੂੰ ਅੱਗੇ ਨਹੀਂ ਆਉਣ ਦਿੱਤਾ। ਉਹ ਜੇ ਮੈਂ ਗੱਲ ਕਰਾਂ ਡਾਕਟਰ ਭੀਮ ਰਾਓ ਬਾਬਾ ਸਾਹਿਬ ਦੀ ਗੱਲ ਕਰਦਾ ਪਿਆਂ ਕਿ ਜੇ ਕਿਸੇ ਆਮ ਕੋਈ ਪਾਰਟੀ ਦੀ ਨਜ਼ਰ ਨਹੀਂ ਆ ਰਹੀ, ਮਹਿੰਦਰ ਭਗਤ ਹੁਣੀ ਲਗਾਤਾਰ ਆਪ ਜਾ ਰਿਹਾ, ਨਹੀਂ ਪਰ ਲਗਾਤਾਰ ਆਪ ਜਾ ਰਿਹਾ, ਮੈਂ ਪੈਰ ਰੱਖੂੰਗਾ ਤੇ ਨਾਲ ਟੁੱਟ ਜੂਗੀ ਵੋਟ, ਮੈਂ ਜਿੱਤੂਗਾ, ਮੈਨੂੰ ਪੂਰਾ ਆਸ਼ੀਰਵਾਦ। ਪੈਰ ਰੱਖਣ ਨਾਲ ਵੋਟ ਨਹੀਂ ਟੁੱਟਦੀ ਹੁੰਦੀ, ਜਿਹੜੇ ਲੋਕਾਂ ਨੇ ਵੋਟ ਪਾਈ ਆ ਉਹਨਾਂ ਟੁੱਟ ਗਏ। ਮੈਂ ਕਿਹਾ ਜੀ ਲੋਕ ਸਾਡੇ ਨਾਲ ਆ, ਲੋਕਤੰਤਰ ਨਾਲ ਆ, ਇਹ ਲੋਕ ਦਾ ਘਾਣ, ਲੋਕਤੰਤਰ ਦਾ ਘਾਣ ਹੋਊਗਾ ਜੇ ਮੈਂ ਨਾ ਜਿੱਤਿਆ ਤੇ, ਜੇ ਮੈਂ ਹਾਰ ਗਿਆ ਤੇ ਵੱਡਾ ਰਹੇ ਹੋ। ਸਾਫ਼ ਤੌਰ ਤੇ ਤਸਵੀਰ ਨਜ਼ਰ ਆ ਰਹੀ, ਹਾਰ ਰਹੇ ਹੋ, ਇਦਾਂ ਨਹੀਂ ਹੋ ਸਕਦਾ, ਇਦਾਂ ਹੋ ਹਾਰਦੇ ਪਏ ਜੋ ਅੰਕੜੇ ਨਜ਼ਰ ਆ ਰਹੇ ਹੋ, ਤੁਸੀਂ ਸਾਫ਼ ਤੌਰ ਤੇ ਹਾਰਦੇ ਨਜ਼ਰ ਆ ਰਹੇ ਹੋ। ਨਹੀਂ ਜੀ ਇਦਾਂ ਨਹੀਂ ਹੋ ਸਕਦਾ, ਕੀ ਲੱਗਦਾ ਪਿਆ ਕਿ ਦੁਬਾਰਾ ਲੋਕਾਂ ਨੇ ਤੁਹਾਡੇ ਤੇ ਵਿਸ਼ਵਾਸ ਨਹੀਂ ਦਿੱਤਾ? ਨਹੀਂ ਭਾਜੀ ਇਦਾਂ ਦੀ ਗੱਲ ਨਹੀਂ ਹੋ ਸਕਦੀ, ਮੈਂ ਤੁਹਾਨੂੰ ਵਾਅਦਾ ਕਰਦਾ ਕਿ ਮੈਂ ਜਿੱਤਿਆ ਪਿਆ ਵਾਂ ਤੇ ਜਿੱਤਿਆ ਪਿਆ। ਦੇਖੋ 4 ਰਾਊਂਡ ਹੋ ਗਏ, ਤੁਸੀਂ ਬਹੁਤ ਡਾਊਨ ਹੈਗੇ, ਤੁਹਾਡਾ 100 ਦਾ ਅੰਕੜਾ ਵੀ ਬਹੁਤ ਮੁਸ਼ਕਿਲ ਨਾਲ ਪਹੁੰਚਦਾ ਪਿਆ ਵਾ ਤੇ ਬਾਕੀ ਹਜ਼ਾਰਾਂ 'ਚ ਪਹੁੰਚ ਚੁੱਕੇ ਹੋਏ। ਮੈਂ ਦੇਖਦਾ ਭਾਈ ਜਾ ਕੇ ਪਤਾ ਲੱਗੂਗਾ ਜੀ। ਨੀਟੂ ਪਿਛਲੀ ਵਾਰ ਤਾਂ ਕਸਮ ਖਾ ਲਈ ਸੀ ਕਿ ਮੈਂ ਤਾਂ ਚੋਣਾਂ ਨਹੀਂ ਲੜਨੀ, ਲੇਕਿਨ ਇਸ ਵਾਰ ਫੇਰ ਪੰਗਾ ਲੈ ਲਿਆ, ਹਾਲਾਤ ਫੇਰ ਉਹੀ ਬਣੇ ਹੋਏ। ਦੇਖੋ ਲੋਕਾਂ ਨੇ 10,000 ਰੁਪਏ ਇਕੱਠੇ ਕਰਕੇ ਦਿੱਤੇ ਆ ਜੀ, ਲੋਕਾਂ ਦੀ ਮਿਹਨਤ ਆ ਔਰ ਮਿਹਨਤ ਲੋਕਾਂ ਦੀ ਸਫਲ ਹੋਈ ਆ। ਜੇ ਆਪਾਂ ਜਿੱਤ ਕੇ ਲੋਕਾਂ ਦੇ ਕੰਮ ਕਰਕੇ ਦਿਖਾਵਾਂਗੇ, ਬੈਸਟ ਵਾਲਿਆਂ ਦਾ ਗੰਦਾ ਪਾਣੀ, ਸੀਵਰੇਜ ਦਾ ਪਾਣੀ, ਟੂਟੀਆਂ 'ਚ ਗੰਦਾ ਪਾਣੀ ਆ, ਬਿਜਲੀ ਦੀ ਬਹੁਤ ਸਮੱਸਿਆ ਵਾ, ਇਹ ਲੀਡਰਾਂ ਨੇ ਨਹੀਂ ਕਰਨਾ, ਇਹ ਸਾਡੇ ਵਰਗੇ ਸ਼ਰੀਫ ਬੰਦਿਆਂ ਦਾ ਕਰਨਾ ਹੈਗਾ। ਸਾਡੇ ਵਰਗੇ ਇਮਾਨਦਾਰ ਬੰਦੇ ਚਾਹੀਦੇ ਆ, ਇੱਦਾਂ ਦੇ ਬੰਦੇ ਥੋੜ੍ਹੇ ਚਾਹੀਦੇ ਜਿਹੜੇ ਨਸ਼ੇ ਖਾ ਕੇ ਸਾਨੂੰ ਗਾਲਾਂ ਕੱਢ ਕੇ ਲੋਕੀ ਪ੍ਰਮੋਟ ਕਰ ਰਹੇ ਆ, ਇੱਦਾਂ ਦੇ ਬੰਦੇ ਨਹੀਂ ਚਾਹੀਦੇ। ਔਰ ਇਹ ਸਰਕਾਰਾਂ ਇੱਦਾਂ ਦੀਆਂ ਕਿ ਜੇ ਕੋਈ ਅੱਗੇ ਆਉਂਦਾ ਸਿੱਧੂ ਮੂਸੇਵਾਲਾ ਅੱਗੇ ਆਇਆ ਉਹਨੂੰ ਮਰਵਾ ਦਿੱਤਾ ਇਹਨਾਂ ਲੋਕਾਂ ਨੇ, ਇਹਨਾਂ ਲੋਕਾਂ ਨੇ ਕਿਸੇ ਚੱਜ ਦੇ ਬੰਦੇ ਨੂੰ ਅੱਗੇ ਨਹੀਂ ਆਉਣ ਦਿੱਤਾ। ਉਹ ਜੇ ਮੈਂ ਗੱਲ ਕਰਾਂ ਡਾਕਟਰ ਭੀਮ ਰਾਓ ਬਾਬਾ ਸਾਹਿਬ ਦੀ ਗੱਲ ਕਰਦਾ ਪਿਆਂ
ਕਿ ਜੇ ਕਿਸੇ ਆਮ ਕੋਈ ਪਾਰਟੀ ਟੁੱਟਦੀ ਹੋਈ ਨਜ਼ਰ ਨਹੀਂ ਆ ਰਹੀ, ਮਹਿੰਦਰ ਭਗਤ ਹੁਣੀ ਲਗਾਤਾਰ ਅੱਪ ਜਾ ਰਿਹਾ, ਨਹੀਂ ਪਰ ਲਗਾਤਾਰ ਅੱਪ ਜਾ ਰਿਹਾ, ਮੈਂ ਪੈਰ ਰੱਖੂੰਗਾ ਤੇ ਨਾਲ ਟੁੱਟ ਜੂਗੀ ਵੋਟ, ਮੈਂ ਜਿੱਤੂਗਾ, ਮੈਨੂੰ ਪੂਰਾ ਆਸ਼ੀਰਵਾਦ। ਪੈਰ ਰੱਖਣ ਨਾਲ ਵੋਟ ਨਹੀਂ ਟੁੱਟਦੀ ਹੁੰਦੀ, ਜਿਹੜੇ ਲੋਕਾਂ ਨੇ ਵੋਟ ਪਾਈ ਆ ਉਹਨਾਂ ਟੁੱਟ ਗਏ। ਮੈਂ ਕਿਹਾ ਜੀ ਲੋਕ ਸਾਡੇ ਨਾਲ ਆ, ਲੋਕਤੰਤਰ ਨਾਲ ਆ, ਇਹ ਲੋਕ ਦਾ ਘਾਣ, ਲੋਕਤੰਤਰ ਦਾ ਘਾਣ ਹੋਊਗਾ ਜੇ ਮੈਂ ਨਾ ਜਿੱਤਿਆ ਤੇ, ਜੇ ਮੈਂ ਹਾਰ ਗਿਆ ਤੇ ਵੱਡਾ ਰਹੇ ਹੋ, ਸਾਫ਼ ਤੌਰ ਤੇ ਤਸਵੀਰ ਨਜ਼ਰ ਆ ਰਹੀ, ਹਾਰ ਰਹੇ ਹੋ, ਇਦਾਂ ਨਹੀਂ ਹੋ ਸਕਦਾ, ਇਦਾਂ ਹੋ ਹਾਰਦੇ ਪਏ ਜੋ ਅੰਕੜੇ ਨਜ਼ਰ ਆ ਰਹੇ ਉਹ ਤੋਂ ਤੁਸੀਂ ਸਾਫ਼ ਤੌਰ ਤੇ ਹਾਰਦੇ ਨਜ਼ਰ ਆ ਰਹੇ ਹੋ। ਨਹੀਂ ਜੀ ਇਦਾਂ ਨਹੀਂ ਹੋ ਸਕਦਾ, ਕੀ ਲੱਗਦਾ ਪਿਆ ਕਿ ਦੁਬਾਰਾ ਲੋਕਾਂ ਨੇ ਤੁਹਾਡੇ ਤੇ ਵਿਸ਼ਵਾਸ ਨਹੀਂ ਜਿਤਾਇਆ? ਨਹੀਂ ਭਾਜੀ ਇਦਾਂ ਦੀ ਗੱਲ ਨਹੀਂ ਹੋ ਸਕਦੀ, ਮੈਂ ਤੁਹਾਨੂੰ ਵਾਅਦਾ ਕਰਦਾ ਕਿ ਮੈਂ ਜਿੱਤਿਆ ਪਿਆ ਵਾਂ ਤੇ ਜਿੱਤਿਆ ਪਿਆ। ਦੇਖੋ 4 ਰਾਊਂਡ ਹੋ ਗਏ, ਤੁਸੀਂ ਬਹੁਤ ਡਾਊਨ ਹੈਗੇ, ਤੁਹਾਡਾ 100 ਦਾ ਅੰਕੜਾ ਵੀ ਬਹੁਤ ਮੁਸ਼ਕਿਲ ਨਾਲ ਪਹੁੰਚਦਾ ਪਿਆ ਵਾ ਤੇ ਬਾਕੀ ਹਜ਼ਾਰਾਂ 'ਚ ਪਹੁੰਚ ਚੁੱਕੇ ਹੋਏ। ਮੈਂ ਦੇਖਦਾ ਭਾਈ ਜਾ ਕੇ ਪਤਾ ਲੱਗੂਗਾ ਜੀ।